ਬਹਿ ਰੂਪੀਏ ਨੇ ਸਭ ਇਤਬਾਰ ਕਰੀਏ ਕਿਉਂ ਬਹਿ ਰੂਪੀਏ ਨੇ ਸਭ ਇਤਬਾਰ ਕਰੀਏ ਕਿਉਂ ਮਨਾ ਦਿਆਂ ਹਸਰ ਤਾਂ ਉੱਤੇ ਵਾਰ ਜਰੀਏ ਕਿਉਂ ਮਨਾ ਦਿਆਂ ਹਸਰ ਤਾਂ ਉੱਤੇ ਵਾਰ ਜਰੀਏ ਕਿਉਂ ਅਸੀਂ ਨਾ ਵਹਿ ਕਾਂਗੇ ਕਦੇ ਸਾਨੂੰ ਖੁਦਾਰੀ ਦੀ ਕਸਮ ਅਸੀਂ ਨਾ ਬਹਿ ਕਾਂਗੇ ਕਦੇ ਸਾਨੂੰ ਖੁਦਾਰੀ ਦੀ ਕਸਮ ਇਨ੍ਹਾਂ ਚਾਪਲੂਸਾਂ ਦਾ ਅਸੀਂ ਧੰਮ ਭਰੀਏ ਕਿਉਂ ਸੀਨੇ ਦੇ ਰੜਕਦੇ ਸੱਲ ਜੋ ਦਿੱਤੇ ਚਾਲ ਬਾਜ਼ਾਂ ਨੇ ਸੀਨੇ ਦੇ ਰੜਕਦੇ ਸੱਲ ਜੋ ਦਿੱਤੇ ਚਾਲ ਬਾਜ਼ਾਂ ਨੇ ਦੱਸੋ ਇntਕਾਮ ਦੇ ਬਿਨਾ ਅਸੀਂ ਹੁਣ ਮਰੀਏ ਕਿਉਂ ਜੋ ਲਾਰੇ ਲਾ ਕੇ ਵਸਲਾਂ ਦੇ ਮੁੜ ਕੇ ਵਤਨ ਨਹੀਂ ਪਰਤੇ ਜੋ ਲਾਰੇ ਲਾ ਕੇ ਵਸਲਾਂ ਦੇ ਮੁੜ ਕੇ ਵਤਨ ਨਹੀਂ ਪਰਤੇ ਬਾਲ ਉਹਦੀ ਯਾਦ ਦੇ ਦੀਵੇ ਬਨੇਰੇ ਧਰੀਏ ਕਿਉ ਤਸੀਹੇ ਝਰ ਕੇ ਹੀ ਮਿਲਦੇ ਸਦਾ ਹੱਕ ਜਮਾਨੇ ਤੇ ਤਸੀਹੇ ਜ਼ਰਕੇ ਹੀ ਮਿਲਦੇ ਸਦਾ ਹੱਕ ਜਮਾਨੇ ਤੇ ਦਰਿੰਦਗੀ ਦੇਖ ਜ਼ਾਲਮ ਦੀ ਜੀਤ ਅਸੀਂ ਡਰੀਏ ਕਿਉਂ ਬਹਿਰੂਪੀਏ ਨੇ ਸਭ ਇਤਬਾਰ ਕਰੀਏ ਕਿਉਂ ਮਨਾ ਦਿਆਂ ਹਸਰਤਾ ਉੱਤੇ ਵਾਰ ਜਰੀਏ ਕਿਉਂ ਇਹਨਾਂ ਲਫ਼ਜ਼ਾਂ ਦੇ ਨਾਲ ਰੇਡੀਓ ਚੰਨ ਪ੍ਰਦੇਸੀ ਸੁਣ ਰਹੇ ਸਾਰੇ ਹੀ ਸਤਿਕਾਰਤ ਸਰੋਤੋਂ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਨੀ ਜੀ ਤੁਸੀਂ ਸੁਣ ਰਹੇ ਹੋ ਗੀਤਾਂ ਗੱਲਾਂ ਗਜ਼ਲਾਂ ਤੇ ਨਜ਼ਮਾਂ ਦਾ ਲਾਈਵ ਪ੍ਰੋਗਰਾਮ ਬੋਲ ਪੰਜਾਬੀ ਢੋਲ ਪੰਜਾਬੀ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਜੀਤ ਕਦੋਂ ਵਾਲਾ ਆਵਾਜ਼ ਦੀ ਇਸ ਖੂਬਸੂਰਤ ਦੁਨੀਆ ਦੇ ਦੋਸਤੋ ਖੁਸ਼ ਆਮਦੀਦ ਵੈਲਕਮ ਸਵਾਗਤਮ ਦੋਸਤੋ ਹਾਜ਼ਰਾਂ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਦਾ ਇੱਕ ਖਾਸ ਪ੍ਰੋਗਰਾਮ ਮੁੱਦੇ ਦੀ ਗੱਲਬਾਤ ਲੈ ਕੇ ਅੱਜ ਦੀ ਗੱਲਬਾਤ ਆਪਣੀ ਪੰਜਾਬੀ ਭਾਸ਼ਾ ਦੇ ਦਿਵਾਲੇ ਜਾਇ ਕਿ ਇਹ ਕਿ ਮਾਂ ਬੋਲੀ ਦੇ ਦਿਵਾਲੇ ਘੁੰਮੇਗੀ ਕਿਉਂਕਿ ਜਿਸ ਤਰੀਕੇ ਦੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜਾਂ ਜਿਸ ਤਰੀਕੇ ਦੇ ਨਾਲ ਲੱਖਾਂ ਸਧਾਰਣਾ ਵੱਲੋਂ ਇੱਕ ਸਕੂਲ ਦੇ ਵਿੱਚ ਜਾ ਕੇ ਜਿਸ ਤਰੀਕੇ ਦੇ ਨਾਲ ਉੱਥੇ ਲਗੀਆਂ ਹੋਈਆਂ ਫੋਟੋਆਂ ਨੂੰ ਦਿਖਾਇਆ ਗਿਆ ਜਾਂ ਉੱਥੇ ਖੜੇ ਕੁਝ ਲੋਕਾਂ ਵੱਲੋਂ ਜੋ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਜੋ ਉਹਨਾਂ ਨੇ ਲਿਖਤੀ ਸ਼ਿਕਾਇਤਾਂ ਕੀਤੀਆਂ ਉਹਦੀ ਗੱਲਬਾਤ ਕੀਤੀ ਗਈ ਜਾਂ ਜਿਹੜੇ ਬੱਚਿਆਂ ਨੂੰ ਕੜਾ ਪਹਿਨਣ ਤੇ ਪੱਗ ਪਹਿਨਣ ਤੇ ਜਾਂ ਚੁੰਨੀ ਲੈਣ ਦੇ ਉੱਤੇ ਰੋਕਿਆ ਗਿਆ ਉਹਨਾਂ ਨੂੰ ਸਕੂਲ ਦੇ ਵਿੱਚ ਜਾਂ ਪੰਜਾਬੀ ਬੋਲਣ ਤੋਂ ਰੋਕਿਆ ਗਿਆ ਸਜ਼ਾ ਦਿੱਤੀ ਗਈ ਕਿਉਂਕਿ ਇਹ ਮਾਮਲਾ ਤਾਂ ਬਹੁਤ ਪੁਰਾਣਾ ਹੈ ਬਹੁਤ ਚਿਰ ਦੀ ਏ ਜਿਹੜੀ ਅੱਗ ਹੈ ਇਹ ਸੁਲਗਦੀ ਆ ਰਹੀ ਹੈ ਹਰ ਇੱਕ ਨੂੰ ਆਪਣੀ ਮਾਂ ਬੋਲੀ ਦੇ ਉੱਤੇ ਮਾਣ ਹੋਣਾ ਚਾਹੀਦਾ ਆਪਣੀ ਮਾਤ ਭਾਸ਼ਾ ਦੇ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਕੋਈ ਤੁਹਾਡੇ ਘਰ ਦੇ ਵਿੱਚ ਆ ਕੇ ਤੁਹਾਡੇ ਪਰਦੇਸ ਦੇ ਵਿੱਚ ਦੇਸ਼ ਦੇ ਵਿੱਚ ਆ ਕੇ ਤੁਹਾਡੀ ਮਾਂ ਬੋਲੀ ਦੇ ਉੱਤੇ ਕੋਈ ਅਟੈਕ ਕਰੇ ਤਾਂ ਲਖੇ ਸੁਨਾਣੇ ਵਰਗੇ ਦੋਸਤਾਂ ਦੇ ਨਾਲ ਖੜ ਜਾਣਾ ਮੇਰੇ ਖਿਆਲ ਦੇ ਵਿੱਚ ਸਾਡਾ ਸਭ ਦਾ ਫਰਜ਼ ਬਣਦਾ ਪਰ ਨਾਲ ਦੀ ਨਾਲ ਮੈਂ ਇੱਕ ਗੱਲ ਤੁਹਾਨੂੰ ਜਰੂਰ ਪੁੱਛਾਂਗਾ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਜਾਂ ਜਿਹੜੇ ਹੁਣੇ-ਹੁਣੇ ਇੰਡੀਆ ਤੋਂ ਆਏ ਨੇ ਵੀ ਉਹਨਾਂ ਦਾ ਕੀ ਖਿਆਲ ਹੈ ਇਹੋ ਜਿਹੇ ਸਕੂਲਾਂ ਬਾਰੇ ਜਾਂ ਬੱਚਿਆਂ ਦੀ ਪੜ੍ਹਾਈ ਬਾਰੇ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਵਾਕਈ ਇਹੋ ਦੇ ਸਕੂਲਾਂ ਦੇ ਵਿੱਚ ਭੇਜ ਕੇ ਹੀ ਬੱਚੇ ਨੇ ਜਿਹੜੇ ਉਹ ਚੰਗੀ ਸਿੱਖਿਆ ਲੈ ਸਕਦੇ ਨੇ ਜਿੱਥੇ ਉਹਨਾਂ ਨੂੰ ਆਪਣੀ ਮਾਂ ਬੋਲੀ ਤੋਂ ਤੋੜਿਆ ਜਾਂਦਾ ਹੈ ਜਾਂ ਇਹਦਾ ਵੀ ਕੋਈ ਹੱਲ ਵੀ ਹੈ ਜਾਂ ਤੁਸੀਂ ਕਦੇ ਇਸ ਗੱਲ ਦਾ ਵਿਰੋਧ ਕੀਤਾ ਹੈ ਆਪਣੇ ਤੌਰ ਦੇ ਉੱਤੇ ਕਿ ਨਹੀਂ ਅਸੀਂ ਜਿਹੜੇ ਬੱਚੇ ਨੇ ਅਸੀਂ ਇਸ ਸਕੂਲ ਦੇ ਵਿੱਚ ਨਹੀਂ ਪੜਾਉਨੇ ਜਿੱਥੇ ਸਾਡੀ ਮਾਤਰੀ ਭਾਸ਼ਾ ਨੂੰ ਜਾਂ ਸਾਡੀ ਮਾਂ ਬੋਲੀ ਨੂੰ ਦਰਕਾਰਿਆ ਜਾਂਦਾ ਜਾਂ ਬੱਚਿਆਂ ਦੇ ਉੱਤੇ ਜਿਨ੍ਹਾਂ ਦੇ ਸੋਹਲ ਮਾਨ ਨੇ ਜਿਨ੍ਹਾਂ ਨੇ ਸਿਰਫ ਜੇ ਆਪਣੀ ਮਾਤ ਭਾਸ਼ਾ ਦੇ ਵਿੱਚ ਬੋਲਣਾ ਸਿੱਖਿਆ ਉਹਨਾਂ ਦੇ ਉੱਤੇ ਮਾਨਸਿਕ ਤਸੱਦਦ ਹੈ ਜਿਹੜਾ ਇੱਕ ਛੋਟੇ ਬੱਚੇ ਨੂੰ 3-4 ਸਾਲ ਦੇ ਬੱਚੇ ਨੂੰ ਇਹ ਕਹਣਾ ਵੀ ਨਹੀਂ ਹਿੰਦੀ ਬੋਲ ਉਹ ਤੋਂ ਟੁੱਟਲੀ ਜਵਾਨ ਦੇ ਵਿੱਚ ਪੁੱਠੀ ਸਿੱਧੀ ਜਿਹੜੀ ਭਾਸ਼ਾ ਉਹ ਬੋਲਦਾ ਸਾਰੀ ਉਮਰ ਦੇ ਲਈ ਕਈ ਵਾਰੀ ਇਹੋ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਉਹ ਕੀ ਬੋਲਣ ਕਿਉਂਕਿ ਮੈਨੂੰ ਪਤਾ ਮੈਂ ਜਾਣਦਾ ਇੱਥੇ ਵੀ ਕੁਝ ਲੋਕਾਂ ਦੇ ਨਾਲ ਬੱਚਿਆਂ ਦੇ ਨਾਲ ਐਦਾਂ ਦਾ ਹੋਇਆ ਹੋਇਆ ਹੁਣ ਤਾਂ ਕਾਫੀ ਉਮਰ ਦੇ ਵੀ ਹੋ ਗਏ ਨੇ ਉਹ 50ਾਂ ਦੇ ਨੇੜੇ ਟੁੱਕ ਗਏ ਨੇ ਪਰ ਜਿਹੜੇ ਇੱਥੋਂ ਦੇ ਜੰਪਾਲ ਬੱਚੇ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜੀ ਜ਼ੁਬਾਨ ਬੋਲੀ ਕਿਉਂਕਿ ਇੱਕ ਮਾਂ ਦੀ ਮਮਤਾ ਵਰਗੀ ਸਾਡੀ ਮਾਂ ਬੋਲੀ ਹੁੰਦੀ ਹੈ ਇੱਕ ਪਿਤਾ ਦੇ ਫਰਜ਼ ਵਰਗੀ ਸਾਡੀ ਮਾਂ ਬੋਲੀ ਹੁੰਦੀ ਹੈ ਜਿਹਨੇ ਸਾਨੂੰ ਬਹੁਤ ਕੁਝ ਦੇਣਾ ਹੁੰਦਾ ਜਿਹਦੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਹਦੇ ਜਰੀਏ ਅਸੀਂ ਮੰਨ ਦੀ ਪੜਾਅ ਸ ਕੱਢ ਸਕਦੇ ਆ ਅਸੀਂ ਆਪਣੇ ਮਨ ਦੇ ਬਲਬਲੇ ਕੱਢ ਸਕਦੇ ਆ ਅਸੀਂ ਬੱਕਰੇ ਬਿਲਾ ਸਕਦੇ ਆ ਕਿਸੇ ਨੂੰ ਚੈਲੰਜ ਕਰ ਸਕਦੇ ਆ ਹੁਣ ਫਰਜ਼ ਕਰ ਲੋ ਬਈ ਤੁਸੀਂ ਕਿਸੇ ਨੂੰ ਚੈਲੰਜ ਕਰਨਾ ਹੋਵੇ ਤੇ ਤੁਹਾਨੂੰ ਭਾਸ਼ਾ ਨਾ ਆਉਂਦੀ ਹੋਵੇ ਉਹਦੀ ਤਾਂ ਮੇਰੇ ਖਿਆਲ ਦੇ ਵਿੱਚ ਤੁਸੀਂ ਉਹਨੂੰ ਆਪਣੀ ਪ੍ਰੋਪਰ ਜਿਹੜਾ ਡਾਇਲੋਗ ਡਿਲੀਵਰੀ ਹੈ ਉਹ ਵੀ ਤੁਸੀਂ ਨਹੀਂ ਕਰ ਸਕਦੇ ਉਹਦੇ ਤੱਕ ਆਪਣੇ ਜਿਹੜੇ ਅਹਿਸਾਸ ਨੇ ਜਾਂ ਇਹ ਕਹੀਏ ਕਿ ਆਪਣੀ ਜਿਹੜੀ ਗਰਜ਼ ਹੈ ਜਾਂ ਜਿਹਨੂੰ ਆਪਾਂ ਇਹ ਕਹੀਏ ਕਿ ਜਿਹੜੀ ਤੁਹਾਡੀ ਦੁਹਾੜ ਹੁੰਦੀ ਹੈ ਜਿਸ ਦੇ ਜਰੀਏ ਤੁਸੀਂ ਕਿਸੇ ਨੂੰ ਡਰਾ ਸਕਦੇ ਹੋ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਪਾਸਾ ਤੁਹਾਨੂੰ ਨਹੀਂ ਆਉਂਦੀ ਉਹਦੇ ਵਿੱਚ ਤੁਸੀਂ ਉਹ ਚੀਜ਼ ਕਿਸੇ ਦੂਸਰੇ ਤੱਕ ਪਹੁੰਚਦੀ ਵੀ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਮਾਤੀਆਂ ਸਰਦਾਰ ਕੁਲਦੀਪ ਸਿੰਘ ਬਾਠ ਜੀ ਦੇ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਤੁਸੀਂ ਦਿਲੋਂ ਕਬੂਲ ਦਿਓ ਦੋਸਤੋ ਤੁਹਾਡਾ ਦਿਲੋਂ ਸਤਿਕਾਰ ਹੈ ਤੇ ਬੇਨਤੀ ਕੋਈ ਹੈ ਕਿ ਰੇਡੀਓ ਚੰਨਪੁਰ ਦੇਸੀ ਦੀ ਬਾਤ ਆਪਣੇ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਮਿਲਣਗeln ਵਾਲਿਆਂ ਦੇ ਨਾਲ ਜ਼ਰੂਰ ਪਾਇਆ ਕਰੋ ਤਾਂ ਕਿ ਉਹ ਵੀ ਸੁਣ ਸਕਣ ਰੇਡੀਓ ਚੰਨਪੁਰ ਦੇਸੀ ਤੋਂ ਪੇਸ਼ ਹੁੰਦੇ ਬਹੁਤ ਹੀ ਮਿਆਰੀ ਤੇ ਸੱਚੇ-ਸੁੱਚੇ ਪ੍ਰੋਗਰਾਮ ਨਾਲ ਦੀ ਨਾਲ ਰੇਡੀਓ ਚੰਨਪੁਰ ਦੇਸੀ ਦੀ ਮਾਲੀ ਮਦਦ ਦੇ ਲਈ ਤੁਸੀਂ ਦਰਸ਼ਨ ਸਿੰਘ ਬਸਰਾਉ ਜੀ ਨੂੰ 815 557 949 ਤੇ ਤੇ ਸਰਵਣ ਸਿੰਘ ਟਵਾਣਾ ਜੀ ਨੂੰ 219 670 4579 ਤੇ ਕਾਲ ਕਰ ਸਕਦੇ ਹੋ ਤੇ ਇਨ੍ਹਾਂ ਹੀ ਨੰਬਰਾਂ ਦੇ ਉੱਤੇ ਤੁਸੀਂ ਸਾਡੇ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮਾਂ ਬਾਰੇ ਵੀ ਆਪਣੀ ਕੋਈ ਵੀ رائے ਹੋਵੇ ਤੁਹਾਨੂੰ ਕੋਈ ਗੱਲ ਚੰਗੀ ਨਾ ਲੱਗਦੀ ਹੋਵੇ ਤੁਹਾਨੂੰ ਲੱਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਕਰਨ ਦੀ ਲੋੜ ਹੈ ਤੁਸੀਂ ਉਹ ਆਪਣੇ ਜਿਹੜੇ ਸੁਝਾਅ ਨੇ ਉਹ ਵੀ ਦਰਸ਼ਨ ਸਿੰਘ ਬਸਰਾਉਂ ਜੀ ਨੂੰ ਤੇ ਸਰਬਨ ਸਿੰਘ ਟਵਾਣਾ ਜੀ ਨੂੰ ਭੇਜ ਸਕਦੇ ਹੋ ਲਈ ਦੋਸਤੋ ਪੰਜਾਬੀ ਗੀਤਾਂ ਦੇ ਵਿੱਚੋਂ ਇੱਕ ਕਾਸ ਗੀਤ ਜਿਹਨੂੰ ਆਪਾਂ ਕਹਿੰਦੇ ਆ ਵੀ ਤਾਨਾ ਜੇ ਤਾਨਾ ਵੀ ਮਾਰਨਾ ਹੋਵੇ ਤਾਂ ਆਪਣੀ ਮਾਂ ਬੋਲੀ ਦੇ ਵਿੱਚ ਹੀ ਤੁਸੀਂ ਸ਼ਬਦ ਚੁਣ ਸਕਦੇ ਕਿਸੇ ਗੈਰ ਬੋਲੀ ਦੇ ਵਿੱਚੋਂ ਚੁਣੇ ਹੋਏ ਸ਼ਬਦ ਨੇ ਜਿਹੜੇ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਇੰਨਾ ਡੀਪ ਲੈ ਜਾਣਗੇ ਲਓ ਜੀ ਸਵਰਗਵਾਸੀ ਵਿੰਦ ਰਖਿਆ ਜੀ ਦੀ ਆਵਾਜ਼ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਗਾਣਾ ਸੁਣਾਉਣੇ ਆ ਤੇ ਲੈਣਾ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ ਕਿਸੇ ਵੇਲੇ ਵੀ ਹਾਜ਼ਰ ਹੋ ਸਕਦੇ ਹੋ ਵੀ ਤੁਹਾਡਾ ਜਿਹੜਾ ਪੰਜਾਬੀ ਮਾਂ ਬੋਲੀ ਦੇ ਬਾਰੇ ਜਾਂ ਤੁਹਾਡਾ ਆਪਣਾ ਕੀ ਤਜਰਬਾ ਹੈ ਸਕੂਲਾਂ ਬਾਰੇ ਜਾਂ ਬੱਚਿਆਂ ਦੇ ਭਵਿੱਖ ਦੇ ਲਈ ਕੀ ਸਾਨੂੰ ਮਾਂ ਬੋਲੀ ਤਿਆਗ ਦੇਣੀ ਚਾਹੀਦੀ